मेरा नाम हरभजन सिंह जी। हेलो मैं बेटा। चिंता का विषय मेरे वास्ते, मेरा बेटा मनदीप सिंह उर्फ तूफान जो सुंदर नगर रहने वाला है, उन्होंने अज सवेरे पुलिस ने अरैसट किया वा। तो मेरी प्रशासन दे गाड़ी बेनती है कि उन्हें धक्का ना होवे, उन्होंने काउंटर ना कर दिता जाए। वो बच्चे आ छोटे छोटे, तो वो 2018 से रवारवाल का केस पा के गिरफ्तार किया गया ही, मुड़ के उन्होंने कोई सबूत ना मिलने कारण छड़ता। फिर 19 दे दोबारा पुलिस ने केस उत्ते किया गिरफ्तार, मैं लैके जाता रहा, तो पुलिस ने कोई उन्होंने रैसट नहीं पाई, सगों होर परचे पा के तो उत्ते केस पा के उन्होंने भगौड़ा करार दे दिता वा। मेरा बच्चा मेरे हथों कटता इन्ना पुलिस ने। मैं प्रशासन दे गाड़ी यही बेनती करदा वार वार कि मेरे बच्चे नू नजायज़ उहदे ते परचे ना पाए जाण, ते उन्हों काउंटर ना किया जाए। वो जिया जंत वाला वा, ते मैं आर्मी चों आया वा। मैं अपनी जमीर नू सच्चा सुच्चा करके मैं प्रशासन दे गाड़ी यही बेनती करदा कि मेरा बच्चा जे उन्हें कानून किया वा, गलत काम किया, तो कानून दे द्वारा उन्हें सज़ा दी जाए, तो उस नजायज़ ना परचे पाए जाए। किन्ने परिवार च जी है? कौन कौन तुहाडे परिवार च? मेरे दो बेटे आ जी, वड्डा बेटा मेरा बाहर आ, उहदा परिवार भी बाहर आ, इहदे दो बच्चे आ। वो उदों दी अपने पेके रहिंदी आ, ते पेके वाले भी उहदा खर्चा चलण डए आ, ते जां उहदी भैण बाहरों भेज ਜਿਹੜਾ दिंदी आ। ਇੱਥੇ ਜੱਗੂ ਭਗਵਾਨਪੁਰੀ ਦੀ ਘਰਤੀ ਦੇ ਮਰਡਰ ਦਾ ਕੇਸ ਆ, ਦੇ ਇੱਕ ਫੌਜੀ ਦਾ ਕੇਸ ਆ, ਉਹਦੇ ਬਾਰੇ ਕਹਿਣਾ ਚਾਹੋਗੇ? ਉਹ ਨਜਾਇਜ਼ ਪਾਏ ਆ ਜੀ। ਜਦੋਂ SSP ਘੁੰਮਣ ਨੇ ਮੈਂ ਲੈ ਕੇ ਜਾਂਦਾ ਰਿਹਾ ਬੇਟੇ ਨੂੰ, ਤੇ SSP ਘੁੰਮਣ ਨੇ ਆਖਿਆ ਮੈਨੂੰ ਵੀ ਬੰਦੇ ਫੜਾ, ਤੇ ਤੇ ਨਜਾਇਜ਼ ਉਹਦੀ ਮਾਂ ਨੂੰ ਹੀ ਉਦੋਂ ਲਿਆਂਦਾ ਗਿਆ। ਕੋਈ ਸਾਡਾ ਉਹਨਾਂ ਨਾਲ ਰਿਸ਼ਤੇਦਾਰੀ ਨਹੀਂ, ਕੋਈ ਸਬੰਧ ਨਹੀਂ। ਉਹਦਾ ਜੱਗੂ ਭਗਵਾਨਪੁਰੀ ਦਾ ਘਰਦੀ ਦਾ ਕੇਸ ਪਾਤਾ, ਇੱਕ ਪਟਵਾਰੀ ਦਾ ਪਾਤਾ, ਹੋਰ ਪਤਾ ਨਹੀਂ ਅਣਗਿਣਤੀ ਕੇਸ ਸਿਰ 'ਤੇ ਪਾ ਕੇ, ਅਤੇ ਪ੍ਰਸ਼ਾਸਨ ਨੇ ਮੇਰਾ ਬੱਚਾ ਜਿਹੜਾ ਵਾ, ਕਿੱਥੋਂ ਫੜਿਆ ਉਹਨਾਂ ਨੂੰ? ਅਤੇ ਇਹਨੂੰ ਪਿੰਡ ਖੱਖ ਆ ਜੀ, ਜੰਡਿਆਲੇ ਦੇ ਲਾਗੇ, ਅਤੇ ਮੋਵਾਲ ਖੱਖ, ਉੱਥੋਂ ਸਵੇਰੇ ਅਰੈਸਟ ਕੀਤਾ ਗਿਆ ਉੱਥੇ ਵਾ। ਕਰਦਾ ਪਿਆ ਜੀ? ਉੱਥੇ ਇਹ ਪਤਾ ਨਹੀਂ ਕਿਸ ਠਾਰ 'ਤੇ ਰੁਕਿਆ ਜਾਂ ਕਿਸ ਨੇ ਸੱਦਿਆ ਵਾ। ਮੈਂ ਪਹਿਲੋਂ ਇਹ ਠੀਕ ਆ, ਜੇ ਉਹ ਕੀਤਾ ਹੋਊ ਕੋਈ ਗਲਤ ਕੰਮ ਤਾਂ ਮੈਂ ਕਹਿ ਨਹੀਂ ਸਕਦਾ। ਹੁਣ ਇਹ ਆਪਣੀ ਜਾਨ ਬਚਾਉਂਦਾ ਉੱਥੇ ਬੈਠਾ ਸੀ। ਇਹ 2018 ਤੋਂ ਇਹਨੂੰ 9ਵੇਂ ਮਹੀਨੇ 'ਚ 7-8 ਦਿਨ ਰੱਖਿਆ ਗਿਆ ਸੀ ਇਸ ਸਟਾਫ 'ਚ। ਉਹ ਕੋਰਟ ਤੋਂ ਡਰਦਾ ਹੀ ਇਹ ਮੁੜ ਕੇ ਜਿਹੜਾ ਨਹੀਂ ਪੇਸ਼ ਹੋਇਆ, ਜਿਹੜੇ ਕੇਸ ਪਾਏ ਗਏ ਅਤੇ ਨਜਾਇਜ਼। ਕੀ ਸਮਝਦੇ ਕਿਉਂ ਗੈਂਗਸਟਰਵਾਦ ਨਾਲ ਜੁੜ ਗਿਆ ਹੈ? ਗੈਂਗਸਟਰਵਾਦ ਨਾਲ ਕੋਈ ਸੰਬੰਧ ਨਹੀਂ, ਸਿਰਫ ਇਹ ਪੁਲਿਸ ਨੇ ਹੀ ਉਹਨੂੰ ਕੁੱਟ ਤੋਂ ਹੀ ਡਰਾ ਕੇ ਅਤੇ ਜਿਹੜਾ ਘਰੋਂ ਬਘਾਰ ਕੀਤਾ ਵਾ। ਤੁਹਾਨੂੰ ਕਿੰਨਾ ਚਿਰ ਹੋ ਗਿਆ ਮਿਲੇ ਨੂੰ ਜਾਂ ਫੋਨ 'ਤੇ ਗੱਲ ਨੂੰ? ਮੈਨੂੰ 2-2.5 ਸਾਲ ਹੋ ਗਏ ਆ ਉਹ ਨਹੀਂ ਮਿਲਿਆ। ਇੱਦਾਂ ਹੀ ਬਾਹਰੋਂ ਪਤਾ ਲੱਗ ਜਾਂਦਾ ਵੀ ਠੀਕ ਠਾਕ ਆ, ਅਤੇ ਅੱਜ ਹੀ ਪਤਾ ਲੱਗਾ ਸਵੇਰੇ। ਅਤੇ ਮੈਂ SSP ਬਟਾਲਾ ਵਾਲੇ ਨੂੰ ਵੀ ਕਿਹਾ ਸੀ ਵੀ ਮੈਂ ਉਹਨੂੰ ਲੱਭ ਕੇ ਪੇਸ਼ ਕਰਾਊਂਗਾ, ਅਤੇ ਉਹ ਮੈਨੂੰ ਨਹੀਂ ਮਿਲ ਸਕਿਆ। ਅਤੇ ਅੱਜ ਪੁਲਿਸ ਨੇ ਉਹਨੂੰ ਜਿਹੜਾ ਨਜਾਇਜ਼ ਜਿਹੜਾ ਕਰਕੇ ਚੁੱਕ ਕੇ। ਕੀ ਡਰ ਸਤਾਉਣ ਡਿਆ? ਮੈਨੂੰ ਡਰ ਇਹ ਸਤਾਉਣ ਡਿਆ ਜੀ, ਉਹਨੂੰ ਕਾਊਂਟਰ ਨਾ ਕਰ ਦਿੱਤਾ ਜਾਵੇ ਬੱਚਿਆਂ ਵਾਲਾ ਵਾ, ਉਹਨੂੰ ਆਪਣੇ ਜਿਹੜੀ ਬਣਦੀ ਕਾਰਵਾਈ ਆ ਕਰਕੇ ਅਤੇ ਜ਼ਿੰਦਗੀ ਜੀਣ ਦਿੱਤੀ ਜਾਵੇ। ਆ ਰਹੇ ਉੱਥੇ ਦੱਸ ਦੇਣੀ ਆ, ਮਤਲਬ ਮਾਈਕ ਲਾ ਲਈ ਇੱਕ ਮਿੰਟ ਤੇ ਹੈਲੋ। 32 ਸਾਲ ਉਮਰ? ਹਾਂਜੀ। ਦੋ ਬੱਚੇ ਨੇ? ਦੋ ਬੱਚੇ ਇਹਦੇ, ਪਲੱਸ 2 ਕੀਤੀ ਸੀ। ਕਦੋਂ ਇਹਨੇ ਕਦੋਂ ਹੋਰ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ ਤੇ ਸਤਨਾਮ ਸੱਤੂ ਦਾ ਵੀ ਕਹਿੰਦੇ ਆ, ਸੱਤੂ ਦਾ ਵੀ ਕੋਈ ਬੱਚਾ ਹੈ? ਸਤਨਾਮ ਸੱਤੂ ਦਾ ਮਤਲਬ ਇਹ ਮੈਨੂੰ ਨਹੀਂ ਜੀ ਜਾਣਕਾਰੀ ਇਹਨੂੰ, ਮੇਰੀ ਘਰ ਦੀ ਉਹਦੀ ਘਰ ਦੀ ਦਾ ਕੇਸ ਜਿਹੜਾ ਇਹਦੇ 'ਤੇ ਪਾਇਆ ਗਿਆ, ਅਤੇ ਇਸ ਕਰਕੇ ਜਿਹੜਾ SSP ਸਾਹਿਬ ਨੇ ਪਾਇਆ ਘੁੰਮਣ ਨੇ ਤੰਗ ਨਾ ਕੀਤਾ ਜਾਵੇ ਪ੍ਰਸ਼ਾਸਨ ਵੱਲੋਂ।
ABP Sancha, Josh, Jazba, Junoon.